ਸਤਿ ਸ਼੍ਰੀ ਅਕਾਲ, ਵੈਲਕਮ ਟੂ ਬਲੂਬਰਡ। ਅੱਜ ਤੁਹਾਡੇ ਨਾਲ ਅਸੀਂ ਇੱਕ ਕੇਸ ਸਟੱਡੀ ਕਰਨ ਲੱਗੇ ਹਾਂ ਕਿ ਜਿਹੜਾ ਇੱਕ ਰੀਸੈਂਟ 'ਚ ਸਾਡਾ ਵੀਜ਼ਾ ਆਇਆ, ਉਸ ਪਰਸਨ ਦੀ ਪ੍ਰੋਫਾਈਲ ਕਿਵੇਂ ਦੀ ਸੀ, ਕਿਵੇਂ ਦੇ ਡਾਕੂਮੈਂਟ ਲੱਗੇ ਸੀਗੇ ਅਤੇ ਵੀਜ਼ਾ ਕਿਵੇਂ ਆਇਆ, ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਕਿਉਂਕਿ ਮੇਰੇ ਕੋਲ ਹੈ ਉਹਨਾਂ ਦੀ ਵੀਜ਼ਾ ਕਾਪੀ, ਜਿਹੜੀ ਲਾਸਟ ਵੀ ਤੁਹਾਨੂੰ ਦਿਖਾਈ ਸੀ, ਬੈਲਜੀਅਮ ਤੋਂ ਵੀਜ਼ਾ ਆਇਆ ਸੀਗਾ, ਟੂਰਿਸਟ ਵੀਜ਼ਾ ਹੈ। ਅਤੇ ਇਹਨਾਂ ਨੂੰ ਜੋ ਵੀਜ਼ਾ ਮਿਲਿਆ ਉਹ ਇਹਨਾਂ ਨੂੰ 1 ਮਹੀਨੇ ਦਾ ਦਿੱਤਾ ਗਿਆ ਅਤੇ 15 ਦਿਨ ਦੀ ਇਹਨਾਂ ਨੂੰ ਐਂਟਰੀ ਮਿਲੀ, ਯਾਨੀ 15 ਦਿਨ ਉੱਥੇ ਸਟੇਅ ਕਰ ਸਕਦੇ ਨੇ। ਅਤੇ ਇਹਨਾਂ ਦੀ ਵੀਜ਼ਾ ਅਪਰੂਵਲ ਜੋ ਡੇਟ ਹੈ ਉਹ 18 ਅਕਤੂਬਰ ਦੀ ਹੈ, ਯਾਨੀ ਹੁਣ ਰੀਸੈਂਟ ਵੀਜ਼ਾ ਇਹਨਾਂ ਦਾ। ਅਤੇ ਇਹ ਆਪਣਾ ਆਸ਼ੀਸ਼ ਸ਼ਰਮਾ ਨੇ ਇਹਨਾਂ ਨੇ ਬੈਲਜੀਅਮ 'ਚ ਅਪਲਾਈ ਕੀਤਾ ਸੀਗਾ। ਅਤੇ ਇਸ ਪ੍ਰੋਫਾਈਲ ਦੇ ਵਿੱਚ ਜੋ ਚੀਜ਼ਾਂ ਅਸੀਂ ਦੱਸ ਸਕਦੇ ਹਾਂ, ਜੋ ਪਰਸਨਲ ਹੁੰਦੀਆਂ ਨੇ ਉਹ ਅਸੀਂ ਨਹੀਂ ਸ਼ੇਅਰ ਕਰਾਂਗੇ, ਜਸਟ ਜੋ ਇਨਫੋਰਮੇਸ਼ਨ ਹੁੰਦੀ ਹੈ ਜਿਹਦੇ ਨਾਲ ਤੁਹਾਨੂੰ ਸਮਝ ਆਏ ਕਿ ਬੈਲਜੀਅਮ ਕਿਵੇਂ ਦੀ ਪ੍ਰੋਫਾਈਲ 'ਤੇ ਜਿਹੜਾ ਵੀਜ਼ਾ ਦਿੰਦਾ। ਇਹਨਾਂ ਦੀ ਪ੍ਰੋਫਾਈਲ ਜਿਹੜੀ ਸੀਗੀ ਉਹ ਅਕਤੂਬਰ ਦੇ ਵਿੱਚ ਹੀ ਲੱਗੀ ਸੀ ਅਤੇ ਇਹਨਾਂ ਨੂੰ ਸਿਰਫ 3 ਕੁ ਦਿਨ ਦੇ ਵਿੱਚ ਵੀਜ਼ਾ ਮਿਲ ਗਿਆ ਸੀਗਾ। ਇਹ ਪ੍ਰੋਫਾਈਲ ਐਵੇਂ ਹੈ ਕਿ ਇਹਨਾਂ ਦਾ ਜੋ ਕੰਬਾਈਨ ਟ੍ਰਿਪ ਅਸੀਂ ਦਿਖਾਇਆ ਸੀ, ਬੈਲਜੀਅਮ ਦਾ ਅਤੇ ਫਰਾਂਸ ਦਾ, 2 ਕੰਟਰੀਆਂ ਦਾ ਟਰੈਵਲ ਪਲਾਨ ਇਹਨਾਂ ਦਾ ਦਿਖਾਇਆ ਸੀਗਾ ਅਤੇ ਨਵੇਂ ਸਾਲ 'ਤੇ ਇਹਨਾਂ ਦਾ ਅਪਲਾਈ ਕਰਵਾਇਆ ਸੀ। ਯਾਨੀ ਇਹਨਾਂ ਨੇ ਜੋ ਟਰੈਵਲ ਡੇਟ ਹੈ ਇਹਨਾਂ ਦੀ ਦਸੰਬਰ ਵਿੱਚ ਹੈ, 24 ਦਸੰਬਰ ਤੋਂ ਸਟਾਰਟ ਕੀਤੀ ਹੈ ਅਤੇ ਇਹਨਾਂ ਦਾ ਜੋ ਉੱਥੇ ਕ੍ਰਿਸਮਿਸ ਅਤੇ ਨਿਊ ਈਅਰ ਦੋਵੇਂ ਮਨਾ ਕੇ ਆ ਰਹੇ ਨੇ। ਅਤੇ ਇਹਨਾਂ ਦੀ ਜੇ ਟਰੈਵਲ ਹਿਸਟਰੀ ਦੀ ਗੱਲ ਕਰੀਏ ਤਾਂ ਇਹਨਾਂ ਦੀ ਟਰੈਵਲ ਹਿਸਟਰੀ ਜਿਹੜੀ ਹੈ, ਦੁਬਈ, ਸ਼੍ਰੀਲੰਕਾ, ਮਾਲਦੀਵਸ, ਵੀਅਤਨਾਮ, ਟਰਕੀ ਅਤੇ ਸਾਊਥ ਅਫਰੀਕਾ, ਇਹ ਕੰਟਰੀਜ਼ ਦੇ ਟਰੈਵਲ ਨੇ। ਟਰੈਵਲ ਹਿਸਟਰੀ ਚੰਗੀ ਹੈ। ਇਸ ਤੋਂ ਨੈਕਸਟ ਹੁਣ ਗੱਲ ਕਰੀਏ ਉਹ ਸੀਗਾ ਕਿ ਇਹਨਾਂ ਨੇ ਪਹਿਲਾਂ ਜਿਹੜਾ ਸ਼ੈਂਗਨ ਵੀਜ਼ਾ ਅਪਲਾਈ ਕੀਤਾ ਸੀਗਾ, ਬਟ ਇਹਨਾਂ ਨੂੰ ਅਨਫੋਰਚੁਨੇਟਲੀ ਵੀਜ਼ਾ ਇਹਨਾਂ ਦਾ ਰਿਫਿਊਜ਼ ਹੋ ਗਿਆ ਸੀਗਾ। ਇਹਨਾਂ ਨੇ ਪਹਿਲਾਂ ਜੋ ਵੀਜ਼ਾ ਅਪਲਾਈ ਕੀਤਾ ਸੀ ਇਹਨਾਂ ਨੇ ਫਰਾਂਸ 'ਚ ਕੀਤਾ ਸੀ ਅਤੇ ਫਰਾਂਸ 'ਚ ਇਹਨਾਂ ਦਾ ਵੀਜ਼ਾ ਰਿਫਿਊਜ਼ ਸੀ। ਇਹਨਾਂ ਦੀ ਉਹ ਜਸਟੀਫਿਕੇਸ਼ਨ ਜਿਹੜੀ ਹੈ ਅਸੀਂ ਇਹਨਾਂ ਦੇ ਕਵਰ ਲੈਟਰ 'ਚ ਦਿੱਤੀ ਹੋਈ ਸੀ। ਜਿਵੇਂ ਅਸੀਂ ਦੱਸਦੇ ਹੁੰਦੇ ਹਾਂ ਕਿ ਜੇ ਤੁਸੀਂ ਪਹਿਲਾਂ ਰਿਫਿਊਜ਼ ਹੋ ਕਿਸੇ ਵੀ ਸ਼ੈਂਗਨ ਕੰਟਰੀ ਤੋਂ, ਤੁਸੀਂ ਆਪਣੀ ਕੌਂਸਲੇਟ ਚੇਂਜ ਕਰੋ, ਆਪਣੀ ਐਮਬੈਸੀ ਚੇਂਜ ਕਰੋ, ਦੈਨ ਵੀਜ਼ਾ ਅਪਲਾਈ ਕਰੋ। ਤੁਹਾਡੇ ਵੀਜ਼ਾ ਦੇ ਚਾਂਸ ਜਿਹੜੇ ਆ ਹਾਈ ਹੋ ਸਕਦੇ ਨੇ। ਅਤੇ ਨਾਲ ਤੁਸੀਂ ਆਪਣੀ ਜਿਹੜੀ ਹੈ ਐਕਸਪਲੇਨੇਸ਼ਨ ਦੇ ਦਿਓ ਤੁਹਾਡੀ ਵੀਜ਼ਾ ਰਿਫਿਊਜ਼ਲ ਦੀ, ਕਿ ਵੀਜ਼ਾ ਕਿਉਂ ਰਿਫਿਊਜ਼ ਹੋਇਆ ਅਤੇ ਤੁਹਾਨੂੰ ਵੀਜ਼ਾ ਕਿਉਂ ਮਿਲਣਾ ਚਾਹੀਦਾ। ਇੱਕ ਜਸਟੀਫਿਕੇਸ਼ਨ ਪ੍ਰੋਪਰ ਦੇ ਦਿਓ, ਤੁਹਾਡੇ ਵੀਜ਼ਾ ਦੇ ਚਾਂਸ ਜਿਹੜੇ ਆ ਉੱਥੇ ਹਾਈ ਹੋ ਜਾਂਦੇ ਆ, ਵੀਜ਼ਾ ਮਿਲਦਾ, ਐਵੇਂ ਨਹੀਂ ਹੈ ਕਿ ਵੀਜ਼ਾ ਨਹੀਂ ਮਿਲਦਾ। ਉਸ ਤੋਂ ਬਾਅਦ ਅਸੀਂ ਇਹਨਾਂ ਦੇ ਟਰੈਵਲ ਰੀਜ਼ਨ ਦਿੱਤੇ ਸੀਗੇ ਜਿਹਦੇ ਨਾਲ ਵੀਜ਼ਾ ਅਫਸਰ ਨੂੰ ਇਹਨਾਂ ਦਾ ਪਰਪਸ ਆਫ ਟਰੈਵਲ ਜਿਹੜਾ ਉਹ ਕਲੀਅਰ ਹੋਵੇ ਕਿ ਕਿਉਂ ਇਹ ਇਹਨਾਂ ਨੇ ਬੈਲਜੀਅਮ ਚੂਜ਼ ਕੀਤਾ ਹੋਇਆ ਅਤੇ ਕਿਵੇਂ ਇਹਨਾਂ ਨੂੰ ਵੀਜ਼ਾ ਜਿਹੜਾ ਮਿਲ ਸਕਦਾ ਅਤੇ ਕਿਉਂ ਵੀਜ਼ਾ ਅਫਸਰ ਨੂੰ ਇਹਨਾਂ ਨੂੰ ਵੀਜ਼ਾ ਦੇਣਾ ਚਾਹੀਦਾ। ਇਸ ਤੋਂ ਬਾਅਦ ਹੁਣ ਇਹਨਾਂ ਦੀ ਜੇ ਵਰਕਿੰਗ ਪ੍ਰੋਫਾਈਲ ਦੀ ਗੱਲ ਕਰੀਏ ਤਾਂ ਇਹ ਜੌਬ ਕਰ ਰਹੇ ਨੇ, ਇਹਨਾਂ ਦੀ ਜੌਬ ਜਿਹੜੀ ਹੈ ਇਹ ਮੈਟ੍ਰਿਕਸ ਵਿੱਚ ਜਿਹੜੀ ਹੇਅਰ ਡਰੈਸਿੰਗ ਦੀ ਹੁੰਦੀ ਆ ਉੱਥੇ ਇਹਨਾਂ ਦੀ ਜੌਬ ਹੈ। ਅਤੇ ਕਿੱਥੋਂ ਬਿਲੋਂਗ ਕਰਦੇ ਨੇ ਉਹ ਅਸੀਂ ਮੈਂਸ਼ਨ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦੀ ਪਰਸਨਲ ਇਨਫੋਰਮੇਸ਼ਨ ਹੈ। ਅਤੇ ਇਸ ਤੋਂ ਬਾਅਦ ਹੁਣ ਜੇ ਸੈਲਰੀ ਦੀ ਗੱਲ ਕਰੀਏ ਤਾਂ ਇਹਨਾਂ ਦੀ 50,000 ਸੈਲਰੀ ਪਰ ਮੰਥ ਹੈ, ਮਹੀਨੇ ਦਾ ਇਹਨਾਂ ਨੂੰ 50,000 ਰੁਪਈਆ ਸੈਲਰੀ ਆ ਰਹੀ ਹੈ। ਹੁਣ ਇੱਥੇ ਧਿਆਨ ਰੱਖਿਓ ਕਿ ਇਸ ਕੇਸ ਦੇ ਵਿੱਚ ਇਹਨਾਂ ਦਾ ਰਿਫਿਊਜ਼ਲ ਸੀ ਫਰਾਂਸ ਤੋਂ, 50,000 ਸੈਲਰੀ ਹੈ। ਅਤੇ ਜੇ ਹੁਣ ਇਹਨਾਂ ਦੀ ਸੇਵਿੰਗ ਦੀ ਗੱਲ ਕਰੀਏ ਤਾਂ ਇਹਨਾਂ ਕੋਲ 4,06,000 ਦੀ ਸੇਵਿੰਗ ਸੀ, 4,06,000 ਦੀ ਸੇਵਿੰਗ ਅਤੇ 50,000 ਰੁਪਇਆ ਮੰਥਲੀ ਸੈਲਰੀ। ਅਤੇ ਟਰੈਵਲ ਹਿਸਟਰੀ ਇਹਨਾਂ ਦੀ ਜਿਵੇਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਦੁਬਈ, ਸ਼੍ਰੀਲੰਕਾ, ਮਾਲਦੀਵ, ਵੀਅਤਨਾਮ, ਟਰਕੀ ਅਤੇ ਸਾਊਥ ਅਫਰੀਕਾ ਅਤੇ ਨਾਲ ਕੀਨੀਆ ਵੀ ਇਹਨਾਂ ਨੇ ਟਰੈਵਲ ਕੀਤਾ ਹੋਇਆ। ਇਸ ਤੋਂ ਇਲਾਵਾ ਇਹਨਾਂ ਨੇ ਆਪਣੇ ਕ੍ਰੈਡਿਟ ਕਾਰਡ ਦੀ ਜਿਹੜੀ ਸਟੇਟਮੈਂਟ ਨਾਲ ਲਾਈ ਸੀ ਉਹ 50,000 ਦਾ ਇਹਨਾਂ ਦਾ ਕ੍ਰੈਡਿਟ ਕਾਰਡ ਸੀਗਾ। ਅਤੇ ਬਾਕੀ ਇਹਨਾਂ ਦੇ ਇੰਪਲੋਇਮੈਂਟ ਦੇ ਡਾਕੂਮੈਂਟ ਲੱਗੇ ਸੀ ਜੋ ਹੁੰਦੇ ਨੇ NOC, ਸੈਲਰੀ ਸਲਿੱਪ ਅਤੇ ਇੰਪਲੋਇਮੈਂਟ ਦੇ ਜਿਹੜੇ ਪਰੂਫ, ਉਹਨਾਂ ਦੀ ਜੋਬ ID ਵਗੈਰਾ, ਉਹ ਡਾਕੂਮੈਂਟ ਲੱਗੇ ਆ। ਬਾਕੀ ਸਾਡੇ ਵੱਲੋਂ ਜਿਹੜੀ ਏਅਰ ਟਿਕਟ ਦੀ ਕਾਪੀ ਜਾਂਦੀ ਹੈ, ਨਾਲ ਇਹਨਾਂ ਦੀ ਟਰੈਵਲ ਆਈਟਨਰੀ ਜਿਹੜੀ ਅਸੀਂ ਬਣਾਉਂਦੇ ਹਾਂ ਅਕੋਰਡਿੰਗ ਟੂ ਕੰਟਰੀ ਟੂ ਕੰਟਰੀ, ਉਸ ਤੋਂ ਬਾਅਦ ਇਹਨਾਂ ਦੀ ਹੋਟਲ ਰਿਜ਼ਰਵੇਸ਼ਨ ਜਿਹੜੀ ਸੀ ਅਤੇ ਟਰੈਵਲ ਇੰਸ਼ੋਰੈਂਸ ਜਿਹੜਾ ਹੋਇਆ ਸੀ ਉਹ ਡਾਕੂਮੈਂਟ ਨਾਲ ਗਿਆ ਸੀਗੇ। ਇਸ ਤੋਂ ਬਾਅਦ ਕਵਰ ਲੈਟਰ 'ਚ ਅਸੀਂ ਇਹਨਾਂ ਦੇ ਫੈਮਿਲੀ ਟਾਈਜ਼ ਜਿਹੜੇ ਆ ਉਹ ਐਕਸਪਲੇਨ ਕੀਤੇ ਸੀਗੇ ਕਿ ਇਹਨਾਂ ਦੇ ਇੰਡੀਆ 'ਚ ਕੌਣ ਕੌਣ ਨੇ ਅਤੇ ਕਿਉਂ ਇਹ ਵਾਪਸ ਆਉਣਗੇ, ਕੀ ਇਹਨਾਂ ਦੇ ਸਟਰੋਂਗ ਜਿਹੜੇ ਆ ਮੋਟਿਵ ਹੈਗੇ ਨੇ ਇੰਡੀਆ ਵਾਪਸ ਆਉਣ ਦੇ, ਉਹ ਸਾਰੇ ਚੀਜ਼ਾਂ ਜਿਹੜੀਆਂ ਨੇ ਐਕਸਪਲੇਨ ਸੀਗੀਆਂ। ਇਹ ਜਿਹੜੀ ਪ੍ਰੋਫਾਈਲ ਹੈ ਇਸ ਦੇ ਅਕੋਰਡਿੰਗ ਹੀ ਇਹਨਾਂ ਦੀ ਰੈਡੀ ਸੀਗੀ ਅਤੇ ਦੈਨ ਇਹਨਾਂ ਦੀ ਅਪਲਾਈ ਕੀਤੀ ਗਈ ਸੀ। ਇਹ ਇਹਨਾਂ ਦੀ ਪ੍ਰੋਫਾਈਲ ਹੈ। ਪ੍ਰੋਫਾਈਲ ਅਸੀਂ ਤੁਹਾਨੂੰ ਜਿਹੜੀ ਹੈ ਕੰਪਲੀਟ ਡਿਸਕਸ ਕਰਤੀ ਹੈ ਕਿ ਕਿਵੇਂ ਦੀ ਪ੍ਰੋਫਾਈਲ 'ਤੇ ਵੀਜ਼ਾ ਐਮਬੈਸੀ ਦਿੰਦੀ ਹੈ। ਇਹ ਉਹ ਪ੍ਰੋਫਾਈਲ ਹੈ ਜਿਹਨੂੰ ਵੀਜ਼ਾ ਮਿਲਿਆ ਹੋਇਆ। ਜੇ ਤੁਹਾਡੀ ਵੀ ਪ੍ਰੋਫਾਈਲ ਐਵੇਂ ਦੀ ਹੈ ਕਿ ਤੁਹਾਡੀ ਸੈਲਰੀ 50,000 ਦੇ ਆਸ ਪਾਸ ਹੈਗੀ ਹੈ, ਫੰਡ ਤੁਹਾਡੇ ਕੋਲ 4 ਤੋਂ 5 ਲੱਖ ਰੁਪਈਆ ਹੈ ਵੇ, ਭਾਵੇਂ ਤੁਸੀਂ ਰਿਫਿਊਜ਼ ਹੋ ਪਹਿਲਾਂ ਅਤੇ 2-3 ਕੰਟਰੀਆਂ ਤੁਸੀਂ ਟਰੈਵਲ ਹੋ, ਕਿਤੇ ਵੀ ਟਰੈਵਲ ਹੋ, ਤੁਹਾਡਾ ਵੀਜ਼ਾ ਆ ਸਕਦਾ ਅਤੇ ਵੀਜ਼ਾ ਉਹਦੇ 'ਚ ਲੱਗਣ ਦੇ ਚਾਂਸ ਜਿਹੜੇ ਆ ਚੰਗੇ ਹੁੰਦੇ ਆ।
तो तुम भी अपना वीज़ा अप्लाई करके वीज़ा ले सकते हो। तुम फ्रांस या किसी भी कंट्री तो रिफ्यूज़ हो तो बेलजियम में चूज़ करके अपना वीज़ा ले सकते हो। ये प्रोफाइल है तो आशीष शर्मा की प्रोफाइल है। जे किसी को डाउट हो साढ़े ऑफिस आके प्रोफाइल देखना चाहन तो प्रोफाइल देख सकते हैं, तो वीज़ा लगा हुआ भी देख सकते हैं। तो जे तुम अप्लाई करना चाहो अपना वीज़ा तो दिए गए नंबर पर साड़ी टीम में कॉन्टैक्ट करके अपना बेलजियम का वीज़ा जो है अप्लाई भी करवा सकते हो। तो मिलते हैं फिर एक नवी वीडियो नवी इनफॉर्मेशन के नाल। सत श्री अकाल।